ਸੁਣਾਵਾਂ ਤਾਂ ਬੜੇ ਧਿਆਨ ਨਾਲ ਸੁਣਨਾ, ਬਹੁਤ ਪੁਰਾਣਾ ਕਾਰੀਗਰ ਆ। ਬੋਲ ਪੀਰ ਬਾਬੇ ਕੀ ਜੈ, ਬੋਲ ਸੱਚੇ ਦਰਬਾਰ ਕੀ ਜੈ। ਕਹਿੰਦੇ ਉਸ ਬੰਦੇ ਦਾ ਕੀ ਜੀਣਾ ਜਿਹੜਾ ਬੰਦੇ ਬੰਦੇ ਦਾ ਕਰਜ਼ਦਾਰ ਹੋਵੇ, ਉਹਦਾ ਕੀ ਜੀਣਾ ਜਿਹਦਾ ਪੁੱਤਰ ਨਾਲ ਆਗਿਆਕਾਰ ਹੋਵੇ, ਉਹਦਾ ਕੀ ਜੀਣਾ ਜਿਹਦਾ ਰੱਬ ਨਾਲ ਨਾ ਪਿਆਰ ਹੋਵੇ। ਇੱਕ ਤਾੜੀ ਮਾਰ ਦੋ ਦੋਸਤੋ, ਵਧੀਆ ਗੱਲਾਂ ਸੁਣਾਵਾਂਗਾ। ਕਹਿੰਦੇ ਜੂਏ ਵਰਗਾ ਖੇਡ ਜਹਾਰ ਨਾ ਹੋਵੇ, ਚੋਰੀ ਵਰਗਾ ਧੰਦਾ ਨੀ ਜੇ ਸਰਕਾਰ ਨਾ ਹੋਵੇ, ਭਰਾਵਾਂ ਵਰਗੀ ਮੌਜ ਨੀ ਜੇ ਤਕਰਾਰ ਨਾ ਹੋਵੇ, ਤੇ ਕੱਲੇ ਵਰਗੀ ਮੌਜ ਨੀ ਜੇ ਬਿਮਾਰ ਨਾ ਹੋਵੇ। ਪੁੱਤਰ ਕਿਤਨਾ ਵੀ ਪਿਆਰਾ ਹੋ, ਜ਼ਿਆਦਾ ਲਾਡ ਲੜਾਉਣਾ ਨਹੀਂ ਚਾਹੀਏ। ਲੜਕੀ ਕਿਤਨੀ ਸੁੰਦਰ ਹੋ, ਕਦੀ ਘਰ ਘਰ ਗਵਾਉਣਾ ਨਹੀਂ ਚਾਹੀਏ। ਨਾਰੀ ਕਿਤਨੀ ਸਿਆਣੀ ਹੋ, ਸਾਰਾ ਭੇਤ ਬਤਾਉਣਾ ਨਹੀਂ ਚਾਹੀਏ। ਬਾਪ ਕਿਤਨਾ ਮਾੜਾ, ਉਹਨੂੰ ਜ਼ਿਆਦਾ ਸਤਾਉਣਾ ਨਹੀਂ ਚਾਹੀਏ। ਜਿਸ ਮਾਂ ਨੇ ਜਨਮ ਦਿਆ, ਉਸਕਾ ਦਿਲ ਦਿਖਾਉਣਾ ਨਹੀਂ ਚਾਹੀਏ। ਔਰ ਭਾਈ ਕਿਤਨਾ ਪੈਰੀ, ਉਸ ਤੋਂ ਭੇਤ ਛੁਪਾਉਣਾ ਨਹੀਂ ਚਾਹੀਏ। ਤਵਾ ਹੋਏ ਮੋਟਾ ਰੋਟੀ ਸੜੇ ਕਿਉਂ, ਪੁੱਤਰ ਵੇਲੇ ਇੱਕ ਮੋਟੀ ਲੜੇ ਕਿਉਂ, ਰਾਹ ਹੋਏ ਪੁੱਤਰ ਗੱਡੀ ਅੜੇ ਕਿਉਂ, ਪੈਸਾ ਹੋਏ ਪੱਲੇ ਕਰਜ਼ਾ ਚੜੇ ਕਿਉਂ। ਭਾਦਰੋਂ ਦਾ ਵੱਟ ਬੁਰਾ, ਅੱਕਿਆ ਜੱਟ ਬੁਰਾ, ਕਲਰੀ ਦਾ ਸੱਪ ਬੁਰਾ, ਅੰਨੇ ਦਾ ਜੱਪ ਬੁਰਾ, ਉਹ ਲੱਗਣ ਵਾਲੀ ਜੁੱਤੀ ਬੁਰੀ, ਵੱਢਣ ਵਾਲੀ ਕੁੱਤੀ ਬੁਰੀ। ਚਾਹ ਥੱਲੇ ਦੀ, ਲੜਾਈ ਹੱਲੇ ਦੀ, ਸਿਰਗੜ ਕੱਲੇ ਦੀ, ਘੋੜੀ ਥੱਲੇ ਦੀ ਤੇ ਕੁਰਸੀ ਪੱਲੇ ਦੀ, ਸਦਾ ਰਾਜ ਨਹੀਂ ਰਹਿੰਦਾ। ਲੰਬਾ ਤਿਲਕ ਲਗਾਇਆ ਕੋਈ ਪੰਡਿਤ ਨਹੀਂ ਬਣ ਜਾਂਦਾ, ਤੇ ਲੰਗੋਟਾ ਸਮਾਇਆ ਕੋਈ ਭਲਵਾਨ ਨਹੀਂ ਬਣ ਜਾਂਦਾ। ਉਸ ਦੇ ਚੱਟਿਆਂ ਕਦੇ ਪਿਆਸ ਨਹੀਂ ਬੁਝਦੀ, ਗੋਏ ਪੱਲਿਆਂ ਵੈਰ ਨਹੀਂ ਨਿਕਲਦੇ। ਬਾਤ ਪੁਰਾਣੀ ਹੋ ਜੇ, ਵੈਰ ਪੁਰਾਣਾ ਹੋਵੇ ਨਾ, ਦੁਸ਼ਮਣ ਨੂੰ ਕਦੀ ਮਾੜਾ ਨਾ ਜਾਣੀਏ। ਸਾਂਪ ਕਾ ਕੇ ਛੋਟਾ ਔਰ ਕਿਆ ਬੜਾ, ਸਾਂਪ ਕਹਤਾ ਮੇਰਾ ਨਾਮ ਹੈ ਪਦਮ, ਜਿਸ ਕੋ ਕਾਟੇਗਾ ਪਦਮ ਚਲ ਸਕਦੇ ਇੱਕ ਵੀ ਕਦਮ। ਸ਼ੇਰ ਸਿੰਘ ਕਹਿੰਦਾ ਮੇਰੀ ਜੁੱਤੀ ਚ 4 ਕਿਲੋ ਛੋਲੇ ਆ ਜਾਂਦੇ, ਮੈਂ 4 ਮਿੰਟ ਦਾ ਜਵਾਨ, ਇਹ ਸੱਪ ਦੇ ਬੱਚੇ ਦਾ ਕੀ ਮਾਰਨਾ, ਛੱਡ ਪਰਾ, ਇੱਕ ਜੁੱਤੀ ਮਾਰੀ ਇਹਦੀ ਮਿਹਰੀ ਨਿਕਲ ਜਾਏਗੀ। ਬਾਬਾ ਜੀ ਮੇਰੇ ਪੰਜਾਬੀ ਬੋਲਾਂ ਦਾ ਸਤਿਕਾਰ ਕਰਦੇ ਹੋਏ ਮਾਨ ਕਰਦੇ ਨੇ, ਪੀਰ ਬਾਬਾ ਮਿਹਰ ਕਰੇ। ਲੈ ਬਾਈ ਸ਼ੇਰ ਸਿੰਘ ਦਾ ਧਿਆਨ ਬੰਦ ਹੋਇਆ, ਮਾਰਿਆ ਪੈਰ ਤੇ ਡੰਕ ਲੱਕੇ ਦੇ, ਸੁਣਤਾ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਚੁੱਕ ਕੇ ਘਰ ਲੈ ਗਏ, ਜਿਵੇਂ ਖਰਬੂਜਾ ਪਾੜਦਾ ਥਾਂ ਥਾਂ ਤੋਂ ਪਾਟ ਗਿਆ, ਸੱਦਿਆ ਸਪੇਲੇ ਨੂੰ, ਇਹਨੂੰ ਕਿਹੜਾ ਕੱਟ ਗਿਆ ਨਾਗ, ਕਹਿੰਦੇ ਇਹਨੂੰ ਕੱਟ ਗਿਆ ਪਦਮ, ਇਹ ਚੱਲਿਆ ਨੀ ਇੱਕ ਵੀ ਕਦਮ। ਨੱਕੇ ਨੂੰ ਡਰ ਮੋਰੀ ਦਾ, ਤਗੜੇ ਨੂੰ ਡਰ ਚੋਰੀ ਦਾ, ਮਾੜੇ ਨੂੰ ਡਰ ਇੱਜ਼ਤ ਦਾ। ਚਾਹ ਥੱਲੇ ਦੀ ਤਾਂ ਲੜਾਈ ਹੱਲੇ ਦੀ, ਭਾਈ ਮਾਰ ਗਿਆ ਸੋ ਮਾਰ ਗਿਆ, ਰਹਿ ਗਿਆ ਸੋ ਰਹਿ ਗਿਆ। ਤਿਰਿਆ ਜੋਬਨ 7 ਸਾਲ, 16 ਤੋਂ 23 ਬੰਦੇ ਦਾ ਜੋਬਨ, 10 ਸਾਲ, 17 ਤੋਂ 27 ਬਲਦ, 9 ਸਾਲਾ ਘੋੜੇ ਦਾ ਜੋਬਨ, ਪੂਰੇ 25 ਸਾਲ ਜੇ ਕੋਈ ਦੇ ਮਸਾਲਾ। ਬੰਦਾ ਕਦੀ ਬੁੱਢਾ ਨਹੀਂ ਹੁੰਦਾ ਜੇ ਰੇਸ ਖਾਲਾ ਬਿਮਾਰੀ ਮਾਰਦੀ ਹੈ ਭਰਾਓ। ਜਿਸ ਘਰ ਚ ਵੜ ਕੇ 3 ਕੋਟ ਉਹ ਛੱਡਦੇ ਨੀ ਨੋਟ, ਕਾਲਾ ਕੋਟ ਵਕੀਲਾਂ ਦਾ, ਚਿੱਟਾ ਕੋਟ ਡਾਕਟਰਾਂ ਦਾ, ਖਾਕੀ ਤੁਹਾਨੂੰ ਪਤਾ ਹੀ ਹੈ ਜਿਹੜਾ ਬਚ ਕੇ ਰਿਹਾ ਜੀ ਕੋਟ ਤੋਂ। ਭੰਗ ਦਾ ਪਕੌੜਾ ਬੁਰਾ, ਸੌਕੜਾਂ ਦਾ ਚੌੜਾ ਬੁਰਾ, ਭਾਈਆਂ ਦਾ ਵਿਛੋੜਾ ਬੁਰਾ, ਸ਼ਰਾਬ ਦਾ ਤੋੜਾ ਬੁਰਾ, ਹੱਥ ਚ ਪਕੜੋਗੇ ਪੈਗ, ਦਿਲ ਦੇਗਾ ਦਲੇਰੀ, ਗੁਰਜਾ ਦਾ ਕਰੇਗਾ ਨਾਸ, ਦਿਲ ਕਹੇਗਾ ਆਣ ਦੇ, ਗੁਰਦੇ ਕਹਿਣਗੇ ਜਾਣ ਦੇ ਮੇਰੇ ਉੱਤੇ ਨਾ ਸੰਤ ਭਾਈ ਸਾਹਿਬ। ਪੈਸਾ ਕਮਾਉਣਾ ਤੇ ਕਰ ਲੈ ਡਾਕਟਰੀ, ਐਸ਼ ਕਰਨੀ ਤੇ ਕਰ ਲੈ ਮਾਟਰੀ, ਉਹ ਲੜਾਈ ਲੈਣੀ ਤੇ ਕਰ ਲੈ ਕਨੈਕਟਰੀ। ਬਹੁ ਮੌਸਮ ਦਾ ਕਦੀ ਤਬਾਰ ਨਾ ਕਰਿਆ ਜੇ, ਅੱਗ ਪਾਣੀ ਆਵਾਂਗੇ ਕਦੀ ਜ਼ੋਰ ਨਾ ਕਰਿਆ ਜੇ, ਲੋਭ ਕ੍ਰੋਧ ਹੰਕਾਰ ਕਿਸੇ ਕਾਬੂ ਨਹੀਂ ਕੀਤਾ, ਧਨ ਜੋਬਣ ਤੇ ਨਗਰੀ ਕਦੀ ਮਾਣ ਨਾ ਕਰਿਆ ਜੇ, ਕਾਇਆ ਔਰ ਮਾਇਆ ਕਾ ਕਦੀ ਅਭਿਮਾਨ ਨਾ ਕਰਿਓ, ਦੁਸ਼ਮਣ ਨੂੰ ਕਦੀ ਮਾੜਾ ਨਾ ਜਾਣਿਓ, ਔਰ ਵੈਰ ਨੂੰ ਕਦੀ ਪੁਰਾਣਾ ਨਾ ਜਾਣਿਓ। ਅਣਜਾਣ ਸੇ ਕਦੀ ਦੋਸਤੀ ਨਾ ਕਰੋ, ਜਿਹਦਾ ਘਰ ਨਹੀਂ ਵੇਖਿਆ ਉਹਨੂੰ ਦੋਸਤ ਨਾ ਜਾਣੋ, ਉਹਨੂੰ ਠੱਗ ਜਾਣੋ। ਇੱਕ ਬੁੱਢਾ ਹਰਦੁਆਰ ਨਾਲ ਚਲੇ ਗਿਆ, ਛੋਟਾ ਜਿਹਾ ਮੁੰਡਾ, ਕਹਿੰਦਾ ਫੁੱਫੜ ਜੀ ਪੈਰੀ ਪੈਨੇ ਆ, ਫੁੱਫੜ ਹੋ ਗਿਆ ਚੌੜਾ, ਕਹਿੰਦਾ ਪਹਿਲਾਂ ਮੈਂ ਨਹਾਲਾ ਫਿਰ ਤੂੰ ਨਹਾਲੀ। ਫੁੱਫੜ ਗੋਤੇ ਮਾਰ ਕੇ ਨਹਾਉਣ ਲੱਗ ਗਿਆ, ਮੁੰਡਾ ਕੱਪੜੇ ਚੁੱਕੇ ਭੱਜ ਗਿਆ, ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਆਈ ਮੁੰਡਿਆਂ ਦੀ ਟੋਲੀ, ਉਹ ਮੈਂ ਕਿਹਦਾ ਫੁੱਫੜ ਲੱਗਦਾ, ਮੇਰੇ ਕੱਪੜੇ ਕਿਹਦੇ ਕੋਲ ਨੇ,
ਅੱਗ ਫੁੱਫੜ ਤੋਂ ਸਾਰਿਆਂ ਦਾ ਕੱਪੜੇ ਕਿਸੇ ਕੋਲ ਨਹੀਂ ਬਾਈ ਦੇਖੋ ਬਾਬਾ ਜੀ ਕਹਿ ਰਹੇ ਨੇ ਹੁਸਨ ਜਵਾਨੀ ਚਾਰ ਦਿਨਾਂ ਦੀ ਰੀਝਾਂ ਨਾਲ ਨਭਾਈਏ ਉਵੇਂ ਨਾ ਕੰਧਾਂ ਦੇ ਪਰਛਾਵੇਂ ਵਾਂਗੂ ਟਲ ਜਾਈਏ ਉਵੇਂ ਨਾ ਖਰਬੂਜਿਆਂ ਦੇ ਵਾੜੇ ਵਾਂਗੂ ਗਲ ਜਾਈਏ ਦਿਨ ਬਾਰਾਂ ਨੇ ਲੈ ਬਈ ਮੈਂ ਪੱਪੂ ਪਹਿਲਵਾਨ ਪਿੰਡ ਸੰਦੋਲੀ ਜ਼ਿਲ੍ਹਾ ਕਛੇਤਰ ਤਹਿਸੀਲ ਪ੍ਰਵਾ ਫੋਨ ਨੰਬਰ 5407632014798 ਬਈ ਜੇ ਗੱਲਾਂ ਚੰਗੀਆਂ ਲੱਗੀਆਂ ਨੇ ਇੱਕ ਤਾੜੀ ਮਾਰ ਦਿਓ ਜੀ ਬੜੀ ਜਗ੍ਹਾ ਪ੍ਰੋਗਰਾਮਾਂ ਤੇ ਮੈਨੂੰ ਬੁਲਾਇਆ ਸੀ ਪਰ ਬਾਬਾ ਜੀ ਕਹਿ ਕੇ ਜੀ ਭਲਵਾਨ ਜੀ ਨੇ ਚਾਰ ਦਿਨ ਘੱਲਿਆ ਜੇ ਮੈਂ ਬੜੇ ਔਖੇ ਪਹੁੰਚ ਤੇ ਗਿਆ ਪਰ ਪਹੁੰਚਿਆ ਲੇਟ ਆ ਲੋ ਜੀ ਬੋਲ ਪੀਰ ਬਾਬੇ ਕੀ ਜੈ ਲੈ ਰਹੀ ਚੱਕਰ ਲਾ ਰਿਹਾ ਜੋ ਕਿਸੇ ਨੀ ਛੱਡਦਾ ਮੇਰਾ ਮਨ ਕਹਿੰਦਾ